ਅੱਜ ਅਸੀਂ ਜਿਹੜੀ ਇੱਥੇ ਚਰਚਾ ਹੋਈ ਹੈ ਥੋੜ੍ਹੀ ਬਹੁਤ, ਅੱਜ ਹੋਰ ਲੰਬੀ ਚੌੜੀ ਚਰਚਾ ਨਾ ਹੋ ਕੇ ਅੱਜ ਅਸੀਂ ਸਿਰਫ ਜਿਹੜਾ ਸਾਡਾ ਇਹ ਨੌਜਵਾਨ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਦਾ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ, ਇਸ ਤੋਂ ਵੀ ਗਾਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਏਰੀਏ ਦੇ ਵਿੱਚ ਆ ਕੇ, ਪੰਜਾਬ ਦੇ ਟੈਰੀਟਰੀ ਦੇ ਵਿੱਚ ਆ ਕੇ ਇੱਥੇ ਸਾਡੀ ਮਸ਼ੀਨਰੀ ਦੀ ਤੋੜ ਭੰਨ ਕੀਤੀ ਗਈ। ਔਰ ਇੱਧਰ ਵੀ ਗਾਹਾਂ ਜਦੋਂ ਕਿ ਆਗੂਆਂ ਨੇ ਐਲਾਨ ਕਰਤਾ ਕਿ ਭਾਈ ਅਸੀਂ ਪੀਸਫੁਲੀ ਅੱਗੇ ਅਸੀਂ ਜਾਵਾਂਗੇ, ਸਾਡਾ ਯੂਥ ਪਿੱਛੇ ਖੜ ਗਿਆ, ਆਗੂਆਂ ਨੇ ਅੱਗੇ ਵਧੇ ਅਤੇ ਫਿਰ ਵੀ ਸਾਡੀ ਪੀਸਫੁਲੀ ਉੱਧਰ ਨੂੰ ਮੂਵ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਸਾਡੇ 'ਤੇ ਅੱਥਰੂ ਗੈਸ ਛੱਡਿਆ। ਇਹਦਾ ਮਤਲਬ ਕੀ ਨਿਕਲਦਾ? ਇਹਦਾ ਮਤਲਬ ਇਹ ਨਿਕਲਦਾ ਕਿ ਸਰਕਾਰ ਦੀ ਕਰੂਰਤਾ ਇਸ ਗੱਲ ਦੇ ਵਿੱਚੋਂ ਨਜ਼ਰ ਆ ਰਹੀ। ਸੋ ਇਹ ਸਾਰੀ ਕਹਾਣੀ ਨੂੰ ਅੱਜ ਸਾਡਾ ਤਿੰਨ ਸ਼ਹੀਦ ਹੋ ਚੁੱਕੇ ਨੇ, ਇੱਕ ਦਾ ਦੋ ਦਿਨ ਪਹਿਲਾਂ, ਹਜੇ ਤਿੰਨ ਦਿਨ ਪਹਿਲਾਂ ਅਸੀਂ ਸੰਸਕਾਰ ਕਰਕੇ ਹਟੇ ਹਾਂ, ਇੱਕ ਵੀਰ ਦਾ ਸਾਡੇ ਦਾ ਅੱਜ ਸੰਸਕਾਰ ਹੋਣਾ, ਇੱਕ ਆ ਬੱਚੇ ਦੀ ਡੈੱਡ ਬੋਡੀ ਸਾਡੇ ਕੋਲ ਪਈ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਗੌਰਮੈਂਟ ਨੂੰ ਇਹ ਕਹਾਂਗਾ, ਕੇਂਦਰ ਨਾਲ ਤਾਂ ਜਿਹੜੀ ਸਾਡੀ ਲੜਾਈ ਹੈ, ਹਰਿਆਣਾ ਗੌਰਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ, ਪੰਜਾਬ ਗੌਰਮੈਂਟ ਨੂੰ ਅਸੀਂ ਕਹਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਗੌਰਮੈਂਟ। ਇੱਕ ਗੱਲ, ਜੋ ਸ਼ਹੀਦਾਂ ਨੂੰ ਮਾਣ ਸਨਮਾਨ ਬਣਦਾ ਹੈ ਉਹ ਦੇਵੇ ਪੰਜਾਬ ਗੌਰਮੈਂਟ। ਦੂਜੀ ਨਾਲ ਗੱਲ ਸਾਡੀ ਇਹ ਹੈ ਕਿ ਪੰਜਾਬ ਗੌਰਮੈਂਟ ਜੋ ਸਾਡੇ ਪੰਜਾਬ ਦੇ ਹੱਦਾਂ ਦੇ ਅੰਦਰ ਆ ਕੇ, ਇਕੱਲੇ ਬਿਆਨਾਂ ਨਾਲ ਗੱਲ ਨਹੀਂ ਸਰਨੀ ਕਿ ਅਸੀਂ ਕਹੀ ਜਾਈਏ ਜੀ ਅਸੀਂ ਬਿਆਨ ਦੇ ਤਾ, ਅਸੀਂ ਆਹ ਕਹਿਤਾ, ਅਸੀਂ ਆਹ ਕਹਿਤਾ, ਬਿਆਨ ਪੋਲੀਟੀਕਲੀ ਗੱਲਾਂ ਨਾਲ ਨਹੀਂ ਗੱਲ ਬਣਨੀ, ਅਮਲੀ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਪਹਿਲਿਆਂ ਦਿਨਾਂ 'ਚ ਇਹਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਫੜਾਇਆ ਅਤੇ ਕਿਹਾ ਕਿ ਇਸਦੇ ਖਿਲਾਫ਼ ਕਾਰਵਾਈ ਕਰੋ, ਸਾਡੇ ਨੌਜਵਾਨਾਂ ਨੂੰ ਆ ਕੇ ਪ੍ਰਵੋਕ ਕਰ ਰਿਹਾ ਹੈ, ਅੱਗੇ ਭੜਕਾ ਰਿਹਾ ਹੈ, ਅੱਗੇ ਭੜਕਾਊ ਮਾਹੌਲ ਬਣਾ ਰਿਹਾ ਹੈ, ਉਹਦੇ 'ਤੇ ਅੱਜ ਤੀਕਰ ਕੁਛ ਨਹੀਂ ਹੋਇਆ। ਇਹ ਜ਼ਰੂਰ ਕਹਿਤਾ ਕਿ ਡੀ ਜੀ ਪੀ ਸਾਹਿਬ ਨੇ ਇਨਕੁਆਇਰੀ ਮਾਰਕ ਕਰਤੀ ਜੀ, ਆਈ ਡੀ ਆਪਣੇ ਡੀ ਆਈ ਜੀ ਦੀ ਡਿਊਟੀ ਲਾ ਦਿੱਤੀ, ਉਹਦੇ 'ਚ ਬਹੁਤ ਵੱਡੀਆਂ ਗੱਲਾਂ ਲੱਗਦੀਆਂ ਸੀ ਵੇਖਣ ਨੂੰ, ਲੇਕਿਨ ਅੱਜ ਤੱਕ ਕੁਛ ਨਹੀਂ ਹੋਇਆ। ਸਾਡੇ ਏਰੀਏ 'ਚ ਆ ਕੇ ਸਾਡੇ ਨੌਜਵਾਨ ਦਾ ਕਤਲ ਕਰਨਾ, ਸਾਡੇ ਏਰੀਏ 'ਚ ਆ ਕੇ ਸਾਡੀ ਖੜੀ ਮਸ਼ੀਨਰੀ ਨੂੰ ਭੰਨਣਾ ਤੋੜਨਾ, ਇਹ ਸਾਰੇ ਦਾ ਸਾਰਾ ਸਿੱਧੇ ਸਿੱਧਾ ਪੰਜਾਬੀ ਦੇ ਭਾਰਤ ਦੇ ਅੰਦਰ ਜਿਹੜੀਆਂ ਸੀਮਾਵਾਂ ਨੂੰ ਉਲੰਘਣਾ ਕਰਨ ਵਾਲਾ, ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ, ਇਹਦੇ ਖਿਲਾਫ਼ ਪੰਜਾਬ ਗੌਰਮੈਂਟ ਮੁਕੱਦਮਾ ਦਰਜ ਕਰੇ ਉਹਨਾਂ ਦੇ ਖਿਲਾਫ਼, ਔਰ ਜੋ ਬਣਦੀ ਹੈ ਉਹ ਕਾਰਵਾਈ ਕਰੇ, ਇਹ ਸਾਡੀ ਪੰਜਾਬ ਗੌਰਮੈਂਟ ਤੋਂ ਮੰਗ ਹੈ। ਇਹ ਮੈਂ ਜਿੰਨੀ ਗੱਲ ਕਰਨੀ ਸੀ ਮੈਂ ਇੰਨੀ ਗੱਲ ਕੀਤੀ ਹੈ, ਮੇਰੇ ਨਾਲ ਸਾਥੀ ਨੇ ਭਦੇਰ ਸਾਹਿਬ, ਅਸੀਂ ਦੋ ਫੋਰਮ ਲੜਾਈ ਲੜ ਰਹੇ ਹਾਂ, ਮੈਂ ਜਿੰਨੀ ਗੱਲ ਦੱਸੀ ਉਹ ਦੱਸੀ ਹੈ, ਬਾਕੀ ਗੱਲ ਮਤਲਬ ਪਨੀਰ ਸਾਹਿਬ ਦੱਸਣ। ਠੀਕ ਹੈ ਸਾਰੇ ਪ੍ਰੇਮ ਜੀ, ਦੇਖੋ ਚਲ ਫਿਰ ਹਿੰਦੀ ਕਰ ਦਿੰਦੇ। ਦੇਖੋ ਅੱਜ ਬੜਾ ਗਮਗੀਨ ਮਾਹੌਲ ਆ, ਅਸੀਂ ਸਾਰੇ ਅੱਜ ਇੱਥੇ ਆਏ ਹਾਂ, ਜੋ ਕਰੂਰ ਭਰਿਆ ਵਰਤਾਰਾ ਪਿਛਲੇ 13 ਤੋਂ ਕੇਂਦਰ ਨੇ ਆਰੰਭ ਕੀਤਾ ਸੀਗਾ, ਅੱਜ ਜੋ ਅਸੀਂ ਉਹਨਾਂ ਗਾੜੀ ਸ਼ੱਕ ਸ਼ੁਬਾ ਰੱਖ ਰਹੇ ਸੀ ਵੀ ਇਹ ਸਾਨੂੰ ਨਹੀਂ ਲੱਗਦਾ ਵੀ ਇਹ ਜਮਹੂਰੀਅਤ ਦੀ ਕੋਈ ਪਛਾਣ ਹੈਗੀ ਆ, ਜਾਂ ਤੁਸੀਂ ਜਿਹੜਾ ਦਾਅਵਾ ਕਰਦੇ ਵੀ ਸਭ ਤੋਂ ਵੱਡਾ ਲੋਕਤੰਤਰ ਆ ਇਹ ਭਾਰਤ, ਉਹ ਪੀਸਫੁਲੀ ਢੰਗ ਨਾਲ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦਾ, ਜਾਂ ਫਿਰ ਬਹਿ ਕੇ ਗੱਲ ਕਿਉਂ ਨਹੀਂ ਕਰ ਜਾਂਦਾ? ਸਾਡਾ ਸ਼ੰਕਾ ਸੀ ਵੀ ਇਹ ਮਾਹੌਲ ਦੇ ਵਿੱਚੋਂ ਸਾਡਾ ਨੁਕਸਾਨ ਹੋਊਗਾ, ਔਰ ਇਹ ਕੇਂਦਰ ਦੀ ਮਨਸ਼ਾ ਸੀ ਵੀ ਅਸੀਂ ਵਜੇਦਿਆਂ
ਔਰ ਉਹਨਾਂ ਨੇ ਜਿਵੇਂ ਕੱਲ ਬੁਲਟ ਇਸਤੇਮਾਲ ਕੀਤੀ ਆ, ਜਿਵੇਂ ਸਿੱਧੀਆਂ ਗੋਲੀਆਂ ਮਾਰੀਆਂ ਵਾ, ਇਹ ਉਹਦਾ ਰਿਜ਼ਲਟ ਹੈਗਾ ਵਾ ਜੋ ਕੁਝ ਅੱਜ ਹੋਇਆ। ਤੋ ਅੱਜ ਇਸ ਸੋਗਮਈ, ਪੂਰੇ ਦੇਸ਼ ਵਿੱਚ ਸੋਗਮਈ ਇੱਕ ਮਾਹੌਲ ਆ। ਇਸ ਦੁੱਖਦਾਈ ਘਟਨਾ ਤੋਂ ਬਾਅਦ ਲੋਕ ਘਰਾਂ 'ਚ ਰੋ ਰਹੇ ਨੇ, ਸਾਨੂੰ ਪੁਸ਼ਟੀ ਹੈ ਇਸ ਗੱਲ ਦੀ। ਜੋ ਕੁਝ ਹੋਇਆ, ਲੋਕਾਂ ਦੇ ਮਨਾਂ 'ਚ ਗੁੱਸਾ ਹੋਰ ਵਧਿਆ ਹੈਗਾ ਵਾ ਜੋ ਅਸੀਂ ਦੇਖ ਰਹੇ ਹੈਗੇ। ਤੋ ਉਸ ਰੋਸ ਨੂੰ ਦੇਖਦਿਆਂ ਹੋਇਆਂ ਸਾਡੇ ਦੋ ਫੋਰਮ, ਕਿਸਾਨ ਮਜ਼ਦੂਰ ਮੋਰਚਾ, SKM ਗੈਰ ਰਾਜਨੀਤਕ, ਅੱਜ ਇਹ ਐਲਾਨ ਕਰਦਾ ਇਸ ਰੋਸ ਨੂੰ ਦੇਖਦਿਆਂ ਹੋਇਆਂ ਵੀ ਪੂਰੇ ਦੇਸ਼ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲੱਗਣੇ ਚਾਹੀਦੇ ਆ ਹਰ ਘਰ ਦੇ ਉੱਤੇ। ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਪਿਆਰ ਕਰਨ ਵਾਲੇ ਆ, ਸਾਰੇ ਪਿਆਰ ਕਰਨ ਵਾਲੇ ਆ, ਉਹ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਓ। ਜਿਹੜਾ ਵੀ ਕੋਈ ਵਹੀਕਲ ਆ, ਕਿਸੇ ਕੋਲ ਗੱਡੀ ਆ, ਮੋਟਰਸਾਈਕਲ ਆ, ਬੱਸ ਆ, ਟਰੱਕ ਆ, ਜੋ ਵੀ ਆ, ਜਿੰਨੇ ਵੀ ਵਹੀਕਲ ਆ ਆਪਣੇ, ਸਾਰੇ ਵਹੀਕਲਾਂ 'ਤੇ ਇਸ ਕੇਂਦਰ ਨੇ ਜੋ ਜਬਰ ਢਾਇਆ, ਜਿਵੇਂ ਸਾਡਾ ਸਿੰਘ ਸ਼ਹੀਦ ਕੀਤਾ ਵਾ ਉਹਦੇ ਵਿਰੋਧ ਵਜੋਂ, ਔਰ ਜਿਵੇਂ ਫੱਟੜ ਕੀਤੇ ਆ ਬੰਦੇ, ਜਿਵੇਂ ਹਾਡੀ ਹੱਦ 'ਚ ਆ ਕੇ ਹਮਲਾ ਕੀਤਾ ਵਾ, ਉਹ ਸਾਰੀ ਗੱਲ ਨੂੰ ਲੈ ਕੇ ਹਰ ਵਹੀਕਲ 'ਤੇ, ਹਰ ਗੱਡੀ 'ਤੇ, ਹਰ ਘਰ ਦੇ ਉੱਤੇ ਜਿਹੜਾ ਕਾਲਾ ਝੰਡਾ ਚਾਹੀਦਾ ਦੂਆ ਘਰਾਂ 'ਤੇ, ਦੁਕਾਨਾਂ 'ਤੇ ਵੀ, ਹਰ ਇੱਕ ਜਗ੍ਹਾ 'ਤੇ। ਦੂਸਰਾ, ਇਹ ਤੋਂ ਗਾਹਾਂ ਅਰਥੀ ਫੂਕ ਮੁਜ਼ਾਰੇ ਦੇਸ਼ ਦੇ ਹਰੇਕ ਪਿੰਡ 'ਚ, ਕਸਬੇ 'ਚ, ਗਲੀ 'ਚ, ਕੂਚੇ 'ਚ, ਜਿਹੜੇ ਜਮਹੂਰੀਅਤ ਨੂੰ ਪਸੰਦ ਕਰਨ ਵਾਲੇ ਲੋਕ ਨੇ, ਪੂਰੇ ਦੇਸ਼ ਦੇ ਲੋਕ ਨੇ, ਉਹ ਇਹ ਸ਼ੁਰੂ ਕਰਨ। ਇਹ ਸਾਡੀ ਦੋਵਾਂ ਫੋਰਮਾਂ ਦਾ ਅੱਜ ਦਾ ਐਲਾਨ ਆ, ਅਪੀਲ ਆ ਲੋਕਾਂ ਨੂੰ ਵੀ ਇਸ ਰੋਸ ਵਜੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਸਕੇ। ਇਹ ਅਸੀਂ ਜਿਹੜਾ ਵਿਚਾਰ ਕਰਕੇ ਆਏ ਸੀ। ਦੂਸਰਾ, ਜਿਵੇਂ ਸਾਡੀ ਟੈਰੀਟਰੀ 'ਚ ਆ ਕੇ ਕੇਂਦਰ ਨੇ ਹਮਲਾ ਕੀਤਾ, ਸੰਦਾਂ ਦੀ ਭੰਨ ਤੋੜ ਕੀਤੀ, ਗੱਡੀਆਂ ਭੰਨੀਆਂ, ਇਹ ਸਾਰਾ ਕੁਝ ਹੋਇਆ, ਅਸੀਂ ਕਹਿੰਦੇ ਹਾਂ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕਰੇ। ਉਹ ਸਾਰੇ ਅਧਿਕਾਰੀ, ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਭੰਨ ਤੋੜ ਕਰਦੇ ਸੀ ਸਾਡੇ ਬੰਦੇ ਨੂੰ ਇੰਜਣ, ਉਹਨਾਂ ਨੂੰ ਸ਼ਾਮਲ ਕੀਤਾ ਜਾਵੇ, ਉਹਨਾਂ ਦੀ ਸ਼ਨਾਖਤ ਕੀਤੀ ਜਾਵੇ। ਇਹ ਪੰਜਾਬ ਸਰਕਾਰ ਸੁਨਿਸ਼ਚਿਤ ਕਰੇ ਵੀ ਉਹਨਾਂ ਖਿਲਾਫ਼ 302 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਆ। ਇਹਦੋਂ ਗਾਹਾਂ ਜਿਹੜਾ ਅਸੀਂ ਕੱਲ੍ਹ ਦਾ ਪ੍ਰੋਗਰਾਮ ਪੀਸਫੁੱਲੀ ਢੰਗ ਨਾਲ ਚੱਲਿਆ ਸਾਡਾ, ਅਸੀਂ ਉੱਥੇ ਆਗੂ ਗਏ, ਸਾਡੇ 'ਤੇ ਵੀ ਬੰਬਾਰੀ ਹੋਈ। ਕੱਲ੍ਹ ਪੰਜਾਬ ਸਰਕਾਰ ਨੇ, ਸਾਡੇ ਕੋਲ ਸ਼ੰਭੂ 'ਤੇ ਪੂਰੇ ਪੁਖਤਾ ਸਬੂਤ ਨੇ, ਸਾਡੇ ਲੰਗਰ ਰੋਕੇ ਆ ਪੰਜਾਬ ਸਰਕਾਰ ਦੀ ਪੁਲਿਸ ਨੇ, ਸਾਡੇ ਆਉਣ ਵਾਲੇ ਵਹੀਕਲ ਰੋਕੇ ਆ, ਉਹਦੇ ਗਾੜੀ ਜਿਹੜੇ ਆ ਉਹ ਡੰਫਰ ਜਿਹੜੇ ਆ ਉਹ ਡਾਏ ਗਏ ਆ। ਸਥਿਤੀ ਸਪਸ਼ਟ ਕਰੇ ਵੀ ਪੰਜਾਬ ਸਰਕਾਰ ਦਾ ਕੀ ਮਨਸ਼ਾ ਹੈਗਾ। ਪਿੰਡਾਂ 'ਚ ਜਾ ਕੇ ਕਿਹਾ ਵੀ ਤੁਸੀਂ ਨਾ ਜਾਓ, ਅੱਜ ਇਹ ਫੜੇ ਜਾਣੇ, ਗ੍ਰਿਫਤਾਰਾਂ 'ਚ ਮੋਰਚਾ ਖਤਮ ਹੋ ਜਾਣਾ, ਇਹ ਅਨਪੁਸ਼ਟ ਖਬਰਾਂ ਜਿਹੜੀਆਂ ਲੋਕਾਂ ਨੇ ਪੁਲਿਸ ਨੂੰ ਜਾ ਕੇ ਦੱਸੀਆਂ। ਪੰਜਾਬ ਸਰਕਾਰ ਵੱਧ ਸੱਜੇ ਢੰਗ ਨਾਲ ਸਥਿਤੀ ਸਪਸ਼ਟ ਕਰ ਸਕਦੀ ਹੈ ਵੀ ਉਹਨਾਂ ਦਾ ਘੋਲ ਪ੍ਰਤੀ, ਸਾਡੇ ਪ੍ਰਤੀ ਨਜ਼ਰੀਆ ਕੀ ਹੈਗਾ ਵਾ। ਤੋ ਇਹ ਦੋ ਗੱਲਾਂ ਸੀਗੀਆਂ। ਹੁਣ ਮੈਂ ਕਿਹਾ ਫੂਲ ਸਾਹਿਬ ਗੱਲ ਕਰ ਲੈਣ। ਹਾਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਭੁਨੀਰ ਸਾਹਿਬ ਨੇ ਕਾਫੀ ਗੱਲਾਂ ਡਿਟੇਲ ਨਾਲ ਦੱਸੀਆਂ, ਕੁਛ ਗੱਲਾਂ ਨਾ ਵਿੱਚ ਰਹਿ ਗਈ ਇੱਕ ਗੱਲ ਜੋੜਨ ਵਾਲੀ, ਕਿਉਂਕਿ ਹੋ ਸਕਦਾ ਗੱਲਬਾਤ ਚਰਚਾ ਦੇ ਵਿੱਚੋਂ ਨਾ ਹੀ ਆਈ ਹੋਵੇ। ਦੇਖੋ, ਇਸ ਬਾਰਡਰ 'ਤੇ, ਖਨੌਰੀ ਵਾਲੇ ਬਾਰਡਰ ਦੇ ਉੱਤੇ ਜੋ ਘਟਨਾ ਵਾਪਰੀ, ਜਿੱਥੇ ਆ ਕੇ ਪੁਲਿਸ ਨੇ ਹਮਲਾ ਕਰਕੇ
ਪੰਜਾਬ ਦੀ ਹੱਦ 'ਚ ਆ ਕੇ ਘੱਟੋ ਘੱਟ 25 ਤੋਂ 30 ਦੇ ਕਰੀਬ ਟਰੈਕਟਰ ਭੰਨੇ ਨੇ ਨਾ, ਉੱਥੇ ਸਾਡੇ 5 ਕਿਸਾਨਾਂ ਨੂੰ ਵੀ ਚੱਕ ਕੇ ਲਗਈ ਆ। ਪੰਜਾਬ ਗਵਰਨਮੈਂਟ ਦੀ ਇਹ ਰਿਸਪੋਂਸੀਬਿਲਟੀ ਬਣਦੀ ਆ ਕਿ ਆਪਣੀ ਜ਼ਿੰਮੇਵਾਰੀ ਦੇ ਉੱਤੇ ਉਹਨਾਂ ਦੀ ਪੜਤਾਲ ਕਰਾਵੇ। ਉਹ ਕਿੱਥੇ ਨੇ? ਉਹ ਪੰਜਾਬ ਦੇ ਲੋਕ, ਪੰਜਾਬ ਹਰਿਆਣੇ ਦੀ ਪੁਲਿਸ ਚੱਕ ਕੇ ਲੱਗ ਗਈ ਆ, ਔਰ ਉਹਨਾਂ ਦੀ ਪੜਤਾਲ ਕਰਾਉਣਾ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਜਲਦੀ ਸਾਨੂੰ ਉਹਨਾਂ ਦੀ ਪੜਤਾਲ ਕਰਵਾ ਕੇ ਉਹਨਾਂ ਦਾ ਕੀ ਕਸੂਰ ਹੈ? ਉਹ ਤਾਂ ਸਾਡੇ ਏਰੀਏ 'ਚ ਬੈਠੇ, ਸਾਡੀ ਟਰਾਲੀ 'ਚ ਬੈਠੇ ਆ, ਇੱਥੋਂ ਚੱਕ ਕੇ ਲਿਜਾ ਕੇ ਕੀ ਕਿਉਂ ਉਹਨਾਂ ਬੰਦਿਆਂ ਦੇ ਉੱਤੇ ਕੀਤਾ ਜਾ ਰਿਹਾ? ਪੰਜਾਬ ਗਵਰਨਮੈਂਟ ਇਹਦੇ 'ਤੇ ਸੰਗਿਆਨ ਲਵੇ, ਇਹ ਸਾਡੀ ਅਪੀਲ ਹੈ। ਤੇ ਹੁਣ ਸ਼ੁਰੂ ਕਰ ਲਈਏ, ਹਜੇ ਪੂਰੀ ਗੱਲ ਨਹੀਂ ਆ ਰਹੀ। ਮੈਂ ਸਰਜੀਤ ਸਿੰਘ ਫੂਲ, ਚੇਅਰਮੈਨ ਬੀਕੇਯੂ ਕ੍ਰਾਂਤੀਕਾਰੀ ਪੰਜਾਬ। ਇੱਕ ਪੁਆਇੰਟ ਜਿਹੜਾ ਹੋਰ ਰਹਿ ਗਿਆ ਅਹਿਮ, ਦੋ। ਇੱਕ ਤਾਂ ਜਿਹੜੀ ਤੁਹਾਨੂੰ ਪਤਾ ਹੋਣਾ ਵੀ ਜਿਹੜੀ ਗੋਲੀ ਇਹ ਨੌਜਵਾਨ ਦੀ ਮੌਤ ਹੋਈ ਆ, ਉਹਦੀ ਸਿੱਧੀ ਗੋਲੀ ਸਿਰ 'ਚ ਗੋਲੀ ਲੱਗਣ ਨਾਲ ਮੌਤ ਹੋਈ ਹੈ। ਸਿੱਧੀ ਗੋਲੀ ਉੱਥੇ ਹੀ ਮਾਰੀਆਂ ਜਾਂਦੀਆਂ ਹੁੰਦੀਆਂ ਨੇ ਜਾਂ ਸਿੱਧੀ ਗੋਲੀ ਮਾਰ ਕੇ ਮਾਰਨ ਦਾ ਉੱਥੇ ਹੁਕਮ ਦਿੱਤਾ ਜਾਂਦਾ ਜਦੋਂ ਦੋਨਾਂ ਪਾਸੇ ਹਥਿਆਰਬੰਦ ਤਾਕਤਾਂ ਲੜ ਰਹੀਆਂ ਹੋਣ। ਉਦੋਂ ਐਂ ਹੁੰਦਾ ਵੀ ਜਿੰਨੇ ਵੱਧ ਤੋਂ ਵੱਧ ਬੰਦੇ ਮਾਰੇ ਜਾ ਸਕਦੇ ਮਾਰੇ ਜਾਣ। ਪਰ ਇੱਥੇ ਕੀ ਹੈ, ਇੱਕ ਪਾਸੇ ਜਿਹੜੇ ਬਿਲਕੁਲ ਨਿਹੱਥੇ, ਕੋਈ ਸਾਡੇ ਕੋਲ ਹਥਿਆਰ ਨਹੀਂ, ਕੋਈ ਸਾਡੇ ਕੋਲ ਕੋਈ ਵਿਰੋਧੀ ਹਥਿਆਰ ਨਹੀਂ, ਕੋਈ ਹੋਰ ਨਹੀਂ, ਨਿਹੱਥੇ ਕਿਸਾਨ ਹੈ, ਦੂਜੇ ਪਾਸੇ ਹਥਿਆਰਬੰਦ ਫੋਰਸਾਂ ਨੇ। ਸੋ ਇਸ ਕਰਕੇ ਇਹ ਤਾਂ ਇਹੋ ਜਿਹੇ ਮੌਕੇ, ਜੇ ਨੌਬਤ ਵੀ ਆਉਂਦੀ ਹੁੰਦੀ ਹੈ ਤਾਂ ਵੱਧ ਤੋਂ ਵੱਧ ਇਹ ਹਦਾਇਤਾਂ ਹੁੰਦੀਆਂ ਨੇ ਵੀ ਪੈਰ ਦੇ ਵਿੱਚ ਗੋਲੀ ਮਾਰੀ ਜਾਵੇ ਜੇ ਸਿਰੇ ਤੱਕ ਨੌਬਤ ਆਉਂਦੀ ਹੈ, ਪਰ ਇਹਨੇ ਸਿੱਧੀ ਗੋਲੀ ਸਿਰ 'ਚ ਮਾਰੀ ਹੈ। ਸੋ ਇਹਦਾ ਅਸੀਂ ਕਹਿੰਦੇ ਹਾਂ ਵੀ ਐਂ ਨਹੀਂ ਵੀ ਉਹ ਬੰਦੇ ਨੇ ਜਿਹੜੇ ਨੇ ਗੋਲੀ ਮਾਰੀ ਹੈ ਸਿੱਧੀ, ਉਹੀ ਜ਼ਿੰਮੇਵਾਰ ਹੈ। ਸਾਡੇ ਕੋਲ ਭਰੋਸੇਯੋਗ ਸੂਤਰਾਂ ਤੋਂ, ਸੋਮਿਆਂ ਤੋਂ ਜਾਣਕਾਰੀ ਹੈ ਵੀ ਜਦੋਂ ਸਾਡੀ ਗੱਲਬਾਤ ਟੁੱਟ ਗਈ ਸੀ 18 ਤਰੀਕ ਨੂੰ, 19 ਤਰੀਕ ਨੂੰ ਗ੍ਰਹਿ ਮੰਤਰੀ ਆਪਣੇ ਸੈਂਟਰ ਦੇ ਅਮਿਤ ਸ਼ਾਹ ਨੇ ਸਾਰੀਆਂ ਫੋਰਸਾਂ ਦੀ, ਕਿਉਂਕਿ ਉਹ ਸਾਰੀਆਂ ਫੋਰਸਾਂ ਦੀਆਂ ਪੈਰਾਮਿਲਟਰੀ ਫੋਰਸਾਂ ਦੀਆਂ ਹੈੱਡ ਹੈ ਉਹ, ਉਹਨੇ ਮੀਟਿੰਗ ਕਰਕੇ ਹਦਾਇਤ ਕੀਤੀ ਹੈ। ਸਾਡੇ ਕੋਲ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਇਹ ਗਾਹਾਂ ਨਹੀਂ ਟੱਪਣ ਦੇਣਾ, ਜੇ ਗਾਹਾਂ ਟੱਪਦੇ ਆ ਤਾਂ ਭਾਵੇਂ ਸਿੱਧੀ ਗੋਲੀ ਵੀ ਮਾਰਨੀ ਪਵੇ ਤਾਂ ਮਾਰੋ। ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਹਾਂ ਵੀ ਉਹਨਾਂ ਦੀ ਸ਼ਨਾਖਤ ਕਰਕੇ, ਭਾਵੇਂ ਉਹ ਪ੍ਰਾਈਵੇਟ ਬੰਦਿਆਂ ਨੇ ਵਰਦੀਆਂ ਪਾਈਆਂ ਨੇ, ਭਾਵੇਂ ਉਹ ਮੁਲਾਜ਼ਮ ਹੈ ਕਿਸੇ ਵੀ ਫੋਰਸ ਦੇ, ਉਹਨਾਂ 'ਤੇ ਕਤਲ ਦਾ ਪਰਚਾ ਦਰਜ ਹੋ ਕੇ, ਉਲੰਘਣਾ ਦਾ ਪਰਚਾ ਦਰਜ ਹੋ ਕੇ ਸਖ਼ਤ ਕਾਰਵਾਈ ਹੋਣੀ ਚਾਹੀਦੀ। ਦੂਜੀ ਗੱਲ ਹੈ, ਸਾਡਾ ਹਮਦਰਦੀ ਵਜੋਂ ਬਹੁਤ ਸਾਰੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਹੋਰ ਸਮਾਜਿਕ ਜਥੇਬੰਦੀਆਂ ਨੇ, ਪੋਲੀਟੀਕਲ ਜਥੇਬੰਦੀਆਂ ਨੇ, ਇਹਦੀ ਹਮਾਇਤ ਦੇ ਵਿੱਚ ਹਾਦਾ ਨਾਰਾ ਮਾਰਿਆ। ਉਹਨਾਂ ਨੇ ਹਾਦਾ ਨਾਰਾ ਨਹੀਂ ਮਾਰਿਆ, ਉਹਦੀ ਹਮਾਇਤ ਦੇ ਵਿੱਚ ਛੋਟੇ ਮੋਟੇ ਪ੍ਰੋਗਰਾਮ ਕੀਤੇ ਆ। ਅਸੀਂ ਉਹਨਾਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਅਸੀਂ ਉਹਨਾਂ ਨੂੰ ਉਹਨਾਂ ਦਾ ਥੈਂਕਸ ਕਰਦੇ ਹਾਂ, ਉਹਨਾਂ ਦਾ ਵੀ ਜਿਹੜਾ ਉਹਨਾਂ ਨੇ ਹਾਦਾ ਮਾਰਿਆ ਇਸ ਜ਼ਬਰ ਦੇ ਖਿਲਾਫ਼। ਪਰ ਨਾਲ ਹੀ ਸਾਡੀ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਹੈ ਵੀ ਜਿਹੜਾ ਕੋਈ ਇਸ ਦੇ ਅਗਲਾ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ, ਜਿਹੜਾ ਇਹ ਦੋਨਾਂ ਆਪਣਾ ਮੋਰਚਿਆਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਇਸ ਦਸ ਮੰਗਾਂ ਨੂੰ ਲੈ ਕੇ, ਇਹਦੇ ਨਾਲ ਜੋੜ ਕੇ ਜੇ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਤਾਂ ਪੈਰਲਲ ਪ੍ਰੋਗਰਾਮ, ਸਾਡੀ ਉਹਨਾਂ ਨੂੰ ਅਪੀਲ ਹੈ ਵੀ ਉਹ ਸਮਾਨਾਂਤਰ ਪੈਰਲਲ ਟਕਰਾਵਾਂ ਪ੍ਰੋਗਰਾਮ ਨਾ ਦੇਣ। ਇੱਧਰਲੇ ਜਿਹੜਾ ਮੋਰਚਿਆਂ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਦੀ ਅਸੀਂ ਚਾਹੁੰਦੇ ਹਾਂ ਵੀ ਹਮਾਇਤ ਕਰਨ, ਇਹ ਸਾਡੀ ਅਪੀਲ ਹੈ।